ਸਤ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਤਿੰਨ ਨੋਟੀਫਿਕੇਸ਼ਨ ਲੈ ਕੇ ਆਇਆ ਜੋ ਕਿ PPSC ਵੱਲੋਂ ਉਹਨਾਂ ਦੀ ਵੈਬਸਾਈਟ ਤੇ ਜਾਰੀ ਕਰ ਦਿੱਤੇ ਗਏ ਨੇ ਜੀ ਦੋਸਤੋ ਲੇਟੈਸਟ ਹੁਣੇ ਹੀ ਰਿਕਰੂਟਮੈਂਟ ਦੇ ਅਗਰ ਇਸ ਨੋਟੀਫਿਕੇਸ਼ਨ ਦੇਖੇ ਤਿੰਨ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ PPSC ਵੱਲੋਂ ਸੋ ਮੈਂ ਤੁਹਾਨੂੰ ਦੱਸਾਂਗਾ ਇਸ ਵੀਡੀਓ ਦੇ ਵਿੱਚ ਉਹਨਾਂ ਵਿੱਚ ਕੀ ਦੱਸਿਆ ਗਿਆ ਹੈ ਤੁਹਾਡੇ ਲਈ ਕੀ ਨਵੇਂ ਅਪਡੇਟ ਜਿਹੜੇ ਨੇ ਜਾਰੀ ਕੀਤੇ ਗਏ ਨੇ ਸੋ ਤੁਸੀਂ ਜਿਹੜਾ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਣਾ ਜੀ ਅਗਰ ਤੁਸੀਂ ਫ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਦਬਾ ਦਿਓ ਉਹਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਨੂੰ ਮਿਲਦੇ ਰਿਹਾ ਕਰਨਗੇ ਸੋ ਤੁਸੀਂ ਸਮਾਂ ਰਹਿਣ ਦੇ ਉਹਨਾਂ ਲਈ ਅਪਲਾਈ ਕਰ ਪਾਹੋਗੇ ਸੋ ਤੁਸੀਂ ਅਗਰ ਪਹਿਲੀ ਵਾਰੀ ਸਾਡੇ ਚੈਨਲ ਤੇ ਆ ਰਹੇ ਹੋ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਦੀ ਨਾਲ ਤੁਸੀਂ ਅਗਰ ਚਾਹਦੇ ਹੋ ਹਰ ਇੱਕ ਅਪਡੇਟ ਤੁਹਾਡੀ ਇਮੇਲ ਬਾਕਸ ਤੁਹਾਨੂੰ ਮਿਲਦਾ ਰਹੇ ਉਹਦੇ ਲਈ ਤੁਸੀਂ ਸਿੰਪਲੀ ਗੂਗਲ ਵਿੱਚ ਜਾ ਕੇ ਟਾਈਪ ਕਰਨਾ ਹੈ ਜੀ chlori.com ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਮਿਲ ਜਾਏਗੀ ਉਸ ਵੈਬਸਾਈਟ ਦੇ ਥਰੂ ਤੁਸੀਂ ਹਰ ਇੱਕ ਅਪਡੇਟ ਆਪਨੇ ਈਮੇਲ ਬਾਕਸ ਦੇ ਵਿੱਚ ਲੈ ਪਾਉਂਗੇ ਔਰ ਚੈੱਕ ਕਰਕੇ ਉਥੇ ਅਪਲਾਈ ਵੀ ਕਰ ਪਾਉਂਗੇ ਕਿਉਂਕਿ ਹਰ ਇੱਕ ਅਪਡੇਟ ਦੇ ਨਾਲ ਅਸੀਂ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਦਿੰਨੇ ਆ ਤੇ ਅਪਲਾਈ ਕਰਨ ਦਾ ਲਿੰਕ ਵੀ ਦੇ ਦਿੰਦੇ ਆ ਚਾਹੀ ਉਹ ਔਨਲਾਈਨ ਹੋਵੇ ਚਾਹੀ ਉਹ ਆਫਲਾਈਨ ਹੋਵੇ ਸੋ ਤੁਸੀਂ ਹਰ ਇੱਕ ਅਪਡੇਟ ਦੇ ਲਈ ਅਪਲਾਈ ਕਰ ਪਾਉਂਗੇ ਸੋ ਜਲਦੀ ਨਾਲ ਸਾਡੀ ਵੈਬਸਾਈਟ ਨੂੰ ਸਬਸਕ੍ਰਾਈਬ ਕਰ ਲਵੋ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਅਗਰ ਤਿਆਰੀ ਵੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਨੋਟਸ ਜ ਤਿਆਰੀ ਜਿਹੜੀ ਅੱਜ ਪੱਕੀ ਕਰ ਸਕਦੇ ਹੋ ਸਿੰਪਲੀ ਤੁਸੀਂ ਜਾਣਾ ਡਿਸਕ੍ਰਿਪਸ਼ਨ ਬਾਕਸ ਪਹਿਲੇ ਨੰਬਰ ਤੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗੀ ਸਟਡੀ ਨੋਟਸ ਉੱਥੋਂ ਡਾਊਨਲੋਡ ਕਰਕੇ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ ਹਰ ਤਰ੍ਹਾਂ ਦੇ ਨੋਟਸ ਅਵੇਲੇਬਲ ਨੇ ਚਾਹੀਓ ਕਿਸੇ ਵੀ ਤਰ੍ਹਾਂ ਦੀ ਤਿਆਰੀ ਦਾ ਹੋਵੇ ਕਿਸੇ ਵੀ ਜੋ ਗਵਰਨਮੈਂਟ ਜੌਬ ਦੇ ਲਈ ਹੋਵੇ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਪਹਿਲੇ ਅਪਡੇਟ ਤੇ ਜਿਹੜਾ ਕਿ ਆਊਟ ਕੀਤਾ ਗਿਆ ਹੈ ਪੀਟਪੀਐਸਬੀ ਵੱਲੋਂ ਉੱਥੇ ਤੁਹਾਨੂੰ ਦੱਸ ਦਿਆਂ ਕੀ ਕੀ ਅਪਡੇਟ ਦੇ ਵਿੱਚ ਦੱਸਿਆ ਹੋਇਆ ਹੈ ਪਹਿਲਾ ਅਪਡੇਟ ਜਿਹੜਾ ਆਊਟ ਕੀਤਾ ਗਿਆ ਜੀ ਅਦੀਨ ਸੇਵਾਵਾਂ ਚੋਨਬੜ ਪੰਜਾਬ ਵੱਲੋਂ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਅਦੀਨ ਸੇਵਾਵਾਂ ਚੋਨਬੜ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 6 ਅਬਲਿਕ 2021 ਰਹੀਂ ਜਿਹੜੇ ਤਕਨੀਕੀ ਸਹਾਇਕ ਦੀਆਂ ਜਿਹੜੀਆਂ 120 ਸਾਮੀਆਂ ਜਿਹੜੀਆਂ ਸੀਗੀਆਂ ਉਹਨਾਂ ਲਈ ਭਰਤੀ ਜਿਹੜੀ 21 8 2021 ਨੂੰ ਹੋਣ ਵਾਲੀ ਹੈ ਸੀਗਾ ਲਿਖਤੀ ਪ੍ਰੀਖਿਆ ਹੋਣੀ ਸੀ ਜਿਹੜੀ ਕਿ 22 8 2021 ਨੂੰ ਹੁਣ ਹੋਵੇਗੀ ਸੋ ਇਸ ਦੇ ਵਿੱਚ ਕੋਵਿਡ-19 ਦੇ ਬੱਦੇ ਰ ਸਰਕਾਰ ਦੀ ਗਾਈਡਲਾਈਨ ਦੇ ਸਨਮੁਖ ਉਪਤਰੋਕ ਮੇ ਵੀ ਜੇਕਰ ਕੋਈ ਤਬਦੀਲੀ ਆਉਂਦੀ ਹੈ ਤਾਂ ਇਸ ਦੇ ਰਿਲੇਟਡ ਉਹ ਆਪਣੀ ਵੈਬਸਾਈਟ ਤੇ ਅਪਡੇਟ ਕਰ ਦੇਣਗੇ ਸੋ ਤੁਸੀਂ ਇਹ ਜਿਹੜਾ ਜਰੂਰ ਚੈੱਕ ਕਰਦੇ ਰਹਿਣਾ ਤੇ ਇਸ ਦੇ ਰਿਲੇਟਡ ਤੁਸੀਂ ਆਪਣੀ ਜਿਹੜੇ ਕੇਂਦਰ ਹੈਗੇ ਨੇ ਪ੍ਰੀਖਿਆ ਦੇ ਔਰ ਐਡਮਿਟ ਕਾਰਡ ਜਿਹੜੇ ਨੇ ਉਸ ਦੇ ਰਿਲੇਟਡ ਸਾਰੀ ਜਾਣਕਾਰੀ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਇੱਥੇ ਜਾ ਕੇ ਐਡਮਿਟ ਕਾਰਡ ਡਾਊਨਲੋਡ ਕਰ ਪਾਉਗੇ ਹੁਣ ਅਸੀਂ ਗੱਲ ਕਰਦੇ ਹਾਂ ਸੈਕੰਡ ਨੋਟੀਫਿਕੇਸ਼ਨ ਔਰ ਸੈਕੰਡ ਜਿਹੜਾ ਜੀ ਨੋਟੀਫਿਕੇਸ਼ਨ ਉਹ ਇਹਨਾਂ ਨੇ ਆਊਟ ਕੀਤਾ ਹੋਇਆ ਹੈ ਜਿਹੜਾ ਕਿ ਅਦੀਨ ਸੇਵਾਵਾਂ ਚੋਨ ਬੋਰਡ ਇਸ਼ਤਿਹਾਰ ਨੰਬਰ ਦੀ ਗੱਲ ਕਰੀਏ 14/2021 ਜਿਹੜੇ ਕਿ ਵੈਟਰਨਰੀ ਇੰਸਪੈਕਟਰ ਦੀਆਂ 866 ਅਸਾਮੀਆਂ ਸੀਗੀਆਂ ਉਹਨਾਂ ਰਿਲੇਟਡ ਜਿਹੜੇ ਵੀ ਕੈਂਡੀਡੇਟ ਨੇ ਸਫਲਤਾਪੂਰਕ ਜਿਹੜਾ ਸੀਗਾ ਅਪਲਾਈ ਕਰ ਲਿਆ ਸੀਗਾ ਸੋ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜਾ ਟੈਸਟ ਸੀਗਾ ਉਹ 22 ਤਰੀਕ ਨੂੰ ਟੈਸਟ ਜਿਹੜਾ ਸੀਗਾ ਉਹ 22/8/2021 ਨੂੰ ਲਿਆ ਜਾਣਾ ਸੀ ਤੇ ਹੁਣ ਉਹਨੂੰ ਜਿਹੜਾ ਚੇਂਜ ਕਰਕੇ 21/8/2021 ਜਿਹੜਾ ਸ਼ਨੀਵਾਰ ਨੂੰ ਲਿਆ ਜਾਣਾ ਹੈ ਸੋ ਇਸ ਦੇ ਰਿਲੇਟਿਡ ਉਹ ਨੋਟ ਕਰ ਲੈਣ ਤੇ ਜ਼ਰੂਰ ਇਹਦੇ ਲਈ ਦਿੱਤੇ ਗਏ ਟਾਈਮ ਦੇ ਉੱਤੇ ਪਹੁੰਚ ਜਾਣ ਤੇ ਇਹਦੇ ਵਿੱਚ ਵੀ ਉਹਨਾਂ ਨੇ ਸੇਮ ਦੱਸਿਆ ਹੈ ਜੀ ਉਹਨਾਂ ਦੀ ਵੈਬਸਾਈਟ ਦੇ ਉੱਪਰ ਅਗਰ ਕੋਈ ਚੇਂजेस ਹੁੰਦੇ ਨੇ ਉਹ ਜ਼ਰੂਰ ਵੈਬਸਾਈਟ ਤੇ ਅਪਡੇਟ ਕਰਨਗੇ ਤੇ ਐਡਮਿਟ ਕਾਰਡ ਤੇ ਪ੍ਰੀਖਿਆ ਸਬੰਧੀ ਹੋਰ ਹਦਾਇਤਾਂ ਦੀ ਜਾਣਕਾਰੀ ਲਈ ਉਹ ਇਹਨਾਂ ਦੀ ਵੈਬਸਾਈਟ ਨੂੰ ਹੀ ਪ੍ਰੈਫਰ ਕਰਨ ਕਿਉਂਕਿ ਮਾਈਟ ਬੀ ਹੋ ਸਕਦਾ ਅਗਰ ਕੁਝ ਵੀ ਚੇਂजेस ਹੁੰਦੇ ਨੇ ਤਾਂ ਉਹ ਜ਼ਰੂਰ ਆਪਣੀ ਵ ਅਸੀਂ ਗੱਲ ਕਰ ਲੈਨੇ ਆ ਲਾਸਟ ਤੇ 3 ਜਿਹੜਾ ਨੋਟੀਫਿਕੇਸ਼ਨ ਜਿਹੜਾ ਪੀਟ ਪਲਸ ਵੀ ਵੱਲੋਂ ਆਊਟ ਕੀਤਾ ਗਿਆ ਉਸ ਦੇ ਬਾਰੇ ਵਿੱਚ ਚੌਥਾ ਜਿਹੜਾ ਅਪਡੇਟ ਹੈ ਜੀ ਉਹ ਰਿਕਰੂਟਮੈਂਟ ਪੋਸਟਾਂ ਦੇ ਰਿਲੇਟਿਡ ਜਿਹੜਾ 3rd ਨੋਟੀਫਿਕੇਸ਼ਨ ਤੁਹਾਨੂੰ ਪਤਾ ਹੈ ਪਟਵਾਰੀ ਦਾ ਟੈਸਟ ਹੋਇਆ ਸੀਗਾ ਜਿਹੜਾ ਕਿ 8 8 2021 ਨੂੰ ਦਿਨ ਐਤਵਾਰ ਨੂੰ ਹੋਇਆ ਸੀ ਉਸ ਦੇ ਰਿਲੇਟਿਡ ਉਹਨਾਂ ਨੇ ਜਿਹੜੀ ਪ੍ਰੋਵੀਜ਼ਨਲ ਆਨਸਰ ਕੀ ਹੈ ਉਹ ਜਿਹੜੀ ਹੈ ਜੀ ਉਹਨਾਂ ਨੇ ਆਪਣੀ ਵੈਬਸਾਈਟ ਤੇ ਅਪਡੇਟ ਕਰ ਦਿੱਤੀ ਹੈ 3rd ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਨੰਬਰਸ ਤੋਂ ਕਿੱਦਾਂ ਤੁਹਾਡੇ ਬੰਦੇ ਨੇ ਕਿਉਂਕਿ ਇਹਦੇ ਵਿੱਚ ਇਹ ਆਨਸਰ ਕੀ ਦੇ ਵਿੱਚ ਸਾਰੀ ਚੀਜ਼ਾਂ ਉਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ ਨੇ ਸੋ ਇਹ ਤਿੰਨ ਨੋਟੀਫਿਕੇਸ਼ਨ ਜਿਹੜੇ ਨੇ ਜੀ ਪੀਰਸਬੀ ਨੇ ਆਪਣੀ ਵ ਤੇ ਇਸੇ ਤਰ੍ਹਾਂ ਤੁਸੀਂ ਹਰ ਇੱਕ ਅਪਡੇਟ ਲੈਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਜ਼ਰੂਰ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦਿਓ ਉਹਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਤੇ ਮਿਲਦਾ ਰਹੇਗਾ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਵੀ ਕਰ ਪਾਉਗੇ ਮੈਂ ਤੁਹਾਡੇ ਲਈ ਹਰ ਇੱਕ ਅਪਡੇਟ ਲੈ ਕੇ ਆਂਦਾ ਹੀ ਰਹਿਣਾ ਹਾਂ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਵੀ ਤਿਆਰੀ ਕਰ ਰਹੇ ਹੋ ਉਹਦੇ ਲਈ ਵੀ ਤੁਸੀਂ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਤੋਂ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ ਸੋ ਚਲੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਜੀ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ